ਢੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਅੱਜ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਸੀਗੀ ਚੰਡੀਗੜ੍ਹ ਉਹਨਾਂ ਦੀ ਸਰਕਾਰੀ ਰਿਹਾਇਸ਼ 'ਤੇ। ਤੁਹਾਨੂੰ ਪਤਾ ਵਾ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਆਪਾਂ ਆ ਲਗਭਗ 9 ਦਿਨ ਹੋ ਗਿਆ ਪੂਰੇ ਪੰਜਾਬ ਦੇ ਵਿੱਚ 7 ਥਾਵਾਂ 'ਤੇ ਮਾਲਵੇ ਦੇ ਵਿੱਚ ਮੋਗਾ ਫਾਜ਼ਿਲਕਾ ਅਤੇ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਸੀਗਾ ਸਾਡਾ ਅੰਦੋਲਨ। ਦੁਆਬੇ ਦੇ ਵਿੱਚ ਅੰਬਾਲਾ ਕੈਂਟ ਹੁਸ਼ਿਆਰਪੁਰ ਟਾਂਡਾ ਵਿਖੇ, ਮਾਝੇ ਦੇ ਵਿੱਚ ਆਪਣਾ ਦੇਵੀਦਾਸਪੁਰਾ ਅੰਮ੍ਰਿਤਸਰ ਅਤੇ ਤਰਨ ਤਾਰਨ ਸਟੇਸ਼ਨ 'ਤੇ ਸੀਗਾ। ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਆਪਾਂ ਅੰਦੋਲਨ ਸੀਗਾ ਕਰ ਰਹੇ ਸੀਗੇ। ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਮੈਂ ਤੁਹਾਨੂੰ ਅੱਜ ਦੱਸਦਾ ਕਿਹੜੀ ਕਿਹੜੀ ਗੱਲ 'ਤੇ ਸਹਿਮਤੀ ਹੋਈ ਆ। ਇੱਕ ਤਾਂ ਸੀਗਾ ਵੀ ਆਪਣੀ ਬਾਸਮਤੀ ਦਾ ਮੁਆਵਜ਼ਾ ਜਿਹੜਾ ਸੀਗਾ ਉਹਦੇ 'ਤੇ ਸੀਗਾ ਰੇੜਕਾ, ਉਹ ਅੱਜ DC ਸਾਹਿਬ ਨੇ ਕਿਹਾ ਸੀ ਵੀ 12,000 ਰੁਪਈਆ ਮੁਆਵਜ਼ਾ ਦਾਂਗੇ ਪ੍ਰਤੀ ਏਕੜ ਬਾਸਮਤੀ ਦਾ, ਉਹ 17,000 ਰੁਪਈਆ ਪ੍ਰਤੀ ਏਕੜ ਮੁਆਵਜ਼ਾ ਹੋਊਗਾ ਬਾਸਮਤੀ ਦਾ। ਅਤੇ ਉਹਨੂੰ ਜਲਦ ਤੋਂ ਜਲਦ ਜਿਹੜਾ ਵਾ ਕੋਈ 10-12 ਦਿਨਾਂ ਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਇਹਨੂੰ ਵੰਡਾਂਗੇ ਜਲਦੀ DC ਨੂੰ ਰਿਪੋਰਟ ਲਿਆਉਣ ਲਈ ਕਹਿ ਦਿੱਤਾ ਵਾ ਵੀ ਉਹ ਸਾਰੀ ਰਿਪੋਰਟ ਕਰ ਦਿੱਤੀ ਜਾਵੇ। ਤਾਂ ਹੁਣ 17,000 ਰੁਪਈਆ ਪ੍ਰਤੀ ਕਿੱਲਾ ਜਿਹੜਾ ਗੜੇਮਾਰੀ ਨਾਲ ਬਾਸਮਤੀ ਮਰੀ ਸੀਗੀ ਉਹਦਾ ਮੁਆਵਜ਼ਾ, ਯਾਨੀ 5,000 ਰੁਪਈਆ ਪ੍ਰਤੀ ਏਕੜ ਵੱਧ ਮੁਆਵਜ਼ਾ ਜਿਹੜਾ ਵਾ ਉਹ ਜਿਹੜਾ ਵਾ ਇਸ ਰੇਲ ਲੋਕੋ ਅੰਦੋਲਨ 'ਚੋਂ ਵੱਡੀ ਪ੍ਰਾਪਤੀ ਹੋਈ ਆ ਜਿਹੜੀ ਅੱਜ ਸਹਿਮਤੀ ਬਣੀ ਆ। ਜਿਵੇਂ ਪਹਿਲਾਂ 12-17,000 ਰੁਪਈਆ ਨਰਮੇ ਦਾ ਮੁਆਵਜ਼ਾ ਹੋ ਗਿਆ, ਉਵੇਂ ਹੀ 12-17,000 ਰੁਪਈਆ ਬਾਸਮਤੀ ਦੇ ਮੁਆਵਜ਼ੇ 'ਤੇ ਜਿਹੜੀ ਆ ਉਹ ਸਹਿਮਤੀ ਬਣੀ ਆ ਸਰਕਾਰ ਨਾਲ, ਤਾਂ ਜਲਦੀ ਦਵਾਏ ਜਾਣਗੇ। ਦੇਖੋ ਦੂਸਰਾ ਜਿਹੜਾ ਕਰਜ਼ਾ ਸੀ ਕਿਸਾਨਾਂ ਮਜ਼ਦੂਰਾਂ ਦਾ ਉਹਦੇ 'ਤੇ ਭਾਵੇਂ ਫਿਗਰਾਂ ਅੱਡ ਅੱਡ ਰਹੀਆਂ ਸੀਗੀਆਂ, ਇੱਕ ਗੱਲ ਸ਼ੋ ਰਿਹਾ ਸੀ ਪੱਕਾ ਕਰਵਾ ਦਿੱਤਾ ਵੀ ਜਿੰਨੇ ਵੀ 5 ਕਿੱਲੇ ਵਾਲੇ ਕਿਸਾਨ ਹੈ, ਜਿੰਨੇ ਵੀ 5 ਕਿੱਲੇ ਵਾਲੇ ਕਿਸਾਨ ਹੈ ਉਹਨਾਂ ਦਾ 2,00,000 ਰੁਪਈਏ ਦਾ ਮੁਆਵਜ਼ਾ, 5 ਕਿੱਲੇ ਵਾਲੇ ਕਿਸਾਨ ਮੁਆਵਜ਼ਾ, 5 ਕਿੱਲੇ ਵਾਲੇ ਕਿਸਾਨ 'ਤੇ ਕਰਜ਼ਾ ਮਾਫ਼ੀ 2,00,000। ਉਹ ਜਿੰਨੇ ਵੀ 5 ਕਿੱਲੇ ਵਾਲੇ ਕਿਸਾਨ ਆ ਉਹਨਾਂ ਨੂੰ ਟੋਟਲਾਂ ਨੂੰ ਮਾਫ਼ੀ ਜਿਹੜੀ ਆ ਉਹ ਦਿੱਤੀ ਜਾਊਗੀ, ਯਾਨੀ ਇਹਦੇ 'ਤੇ ਸਹਿਮਤੀ ਬਣੀ ਆ। ਜਿੱਥੋਂ ਤੱਕ ਸਾਰਾ ਕਰਜ਼ਾ ਮਾਫ਼ ਕਰਨ ਦਾ ਸਵਾਲ ਹੈ, ਪਰ ਉਹ ਇੱਥੇ ਸੰਘਰਸ਼ ਕਰਨਾ ਪੈਣਾ ਇਹ ਪੱਖ ਹੈਗਾ। ਦੂਸਰਾ ਜਿੱਥੋਂ ਤੱਕ ਸਵਾਲ ਹੈਗਾ ਵਾ ਬਾਸਮਤੀ ਟ੍ਰੇਡਿੰਗ ਕਾਰਪੋਰੇਸ਼ਨ ਬਣਾਉਣ ਦਾ, ਇਹਦੇ 'ਤੇ ਗੱਲ ਅੱਗੇ ਤੁਰੀ, ਅਸੀਂ ਦੱਸਿਆ ਵੀ ਇਹਦੇ ਨਾਲ ਰੈਵਨਿਊ ਬਾਹਰੋਂ ਜਨਰੇਟ ਕੀਤਾ ਜਾ ਸਕਦਾ ਸਰਕਾਰ ਬਣਾਵੇਂ, ਉਹਨਾਂ ਨੇ ਹਾਂ ਪੱਕ ਦਿੱਤਾ, ਪਰ ਇਹਦੇ 'ਤੇ ਸੰਘਰਸ਼ ਕਰਨਾ ਪੈਣਾ ਜਿੱਥੋਂ ਤੱਕ ਅਸੀਂ ਦੱਸਦੇ ਹੈਗੇ ਹਾਂ ਗੱਲ। ਜਿਹੜੀਆਂ ਰੈੱਡ ਇੰਟਰੀਆਂ ਝੋਨੇ ਦੀ ਖਰੀਦ ਹੋਈ ਸੀ, ਕੋਈ ਪੇਮੈਂਟਾਂ ਰੁਕੀਆਂ ਹੋਈਆਂ, ਉਹ ਉਹਨਾਂ ਕਿਹਾ ਤੁਰੰਤ ਜਿਹੜੀਆਂ ਦਿੱਕਤਾਂ ਦੂਰ ਕਰਕੇ ਪੇਮੈਂਟਾਂ ਜਿਹੜੀਆਂ ਉਹ ਕੀਤੀਆਂ ਜਾਣ, ਇਹ ਗੱਲ ਆਪਣੀ ਸਿਰੇ ਲੱਗ ਗਈ ਆ। ਕੁਛ ਕੇਂਦਰ ਨਾਲ ਮੰਗਾਂ ਸੀਗੀਆਂ ਜਿਵੇਂ ਲਖੀਮਪੁਰ ਖੀਰੀ ਵਾਲਾ ਕਾਂਡ ਆ, ਜਿਹੜੇ ਦਿੱਲੀ ਅੰਦੋਲਨ 'ਚ ਕਿਸਾਨਾਂ 'ਤੇ ਕੇਸ ਪਾਏ ਆ, ਜਿਹੜੀਆਂ ਕੋਈ ਹੋਰ ਮੰਗਾਂ ਸੀ, ਉਹਨਾਂ ਕਿਹਾ DO ਲੈਟਰ ਲਿਖ ਕੇ ਅਸੀਂ ਮੁੱਖ ਪ੍ਰਧਾਨ ਮੰਤਰੀ ਨੂੰ ਸਿਫਾਰਸ਼ਾਂ ਕਹਿ ਦਿੰਦੇ ਵੀ ਵਾਪਸ ਲਈਆਂ ਜਾਣ, ਵੀ ਇਹ ਭਾਵੇਂ ਇਹ ਕੇਂਦਰ ਨਾਲ ਸੰਬੰਧਿਤ ਸੀਗੀਆਂ। ਇਹ ਤੋਂ ਗਾਹਾਂ ਜਿਹੜਾ ਵਾ ਇਹ ਜਿਹੜੇ ਚੈੱਕ ਕਿਸਾਨਾਂ ਕੋਲ ਲਏ ਗਏ ਬੈਂਕਾਂ ਵੱਲੋਂ ਕਰਜ਼ਾ ਮਾਫ਼ੀ 'ਤੇ ਦੋਹਰੀ ਗਰੰਟੀ, ਉਹ ਹੁਕਮ ਦੇ ਦਿੱਤੇ ਗਏ ਵੀ ਜਿਹੜੇ ਜਿਹੜੇ ਬੈਂਕਾਂ ਨੇ ਚੈੱਕ ਨਹੀਂ ਵਾਪਸ ਕੀਤੇ ਉਹ ਤੁਰੰਤ ਵਾਪਸ ਕਰਵਾਏ ਜਾਣ, ਇਸ ਗੱਲ 'ਤੇ ਸਹਿਮਤੀ ਬਣੀ ਆ। ਦੂਸਰਾ ਇੱਕ ਸਾਡੇ ਅੰਦੋਲਨ 'ਚ 3 ਸ਼ਹੀਦ ਸੀਗੇ, ਉਹਨਾਂ ਨੂੰ ਨੌਕਰੀਆਂ ਨਹੀਂ ਸੀ ਦਿੱਤੀਆਂ, ਉਹਨਾਂ ਨੂੰ ਨੌਕਰੀਆਂ ਦੇਣ। ਔਰ ਇਹ ਤੋਂ ਕਾਂ ਜਿੰਨੇ ਵੀ ਦਿੱਲੀ ਅੰਦੋਲਨ 'ਚ ਸ਼ਹੀਦ ਹੋਏ ਕਿਸਾਨ ਆ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਉਹਨਾਂ ਨੇ 400 ਤੋਂ ਵੱਧ ਕਿਸਾਨਾਂ ਨੂੰ ਕਿਹਾ ਮੁਆਵਜ਼ਾ 5,00,000 ਰੁਪਈਆ ਦੇ ਦਿੱਤਾ, ਇੱਕ ਹਫ਼ਤੇ ਦੇ ਵਿੱਚ ਸਾਰੀਆਂ ਹੀ ਨੌਕਰੀਆਂ ਜਿਹੜੀਆਂ ਦੇ ਦਿੱਤੀਆਂ ਜਾਣਗੀਆਂ। ਇਸ ਗੱਲ ਜਿਹੜੀ ਆ ਇਸ ਗੱਲ 'ਤੇ ਗੱਲ ਮੁੱਕੀ ਆ। ਇਹ ਤੋਂ ਕਾਂ ਘਰੇਲੂ ਬਿੱਲ ਬਕਾਏ ਆ ਵੀ ਉਹ ਲੱਗ ਕੇ ਆ ਰਹੇ ਆ, ਅਤੇ ਜਿਹੜੇ ਬਕਾਏ ਆ ਉਹਨਾਂ ਨੂੰ ਅਜੇ ਹੋਲਡ ਕੀਤਾ ਗਿਆ। ਉਹ ਕਹਿੰਦੇ ਸੀ ਅੱਜ ਅਸੀਂ ਕੈਬਨਿਟ ਵਾਲੀ ਮੀਟਿੰਗ ਦੇ ਵਿੱਚ ਇਹਦਾ ਫੈਸਲਾ ਕਰਨਾ ਵੀ ਉਹ ਖਤਮ ਕੀਤੇ ਜਾਣ, ਤੋ ਇਹਦੇ 'ਤੇ ਵੀ ਸਹਿਮਤੀ ਬਣ ਗਈ ਆ। ਪੁਲਿਸ ਦੇ ਕੇਸ ਸਾਰੇ ਸੀਗੇ ਉਹ ਲਗਭਗ ਵਾਪਸ ਲੈ ਲਿਆ, ਥੋੜ੍ਹੇ ਬਹੁਤੇ ਸੀ ਉਹ ਕਹਿੰਦੇ ਵਾਪਸ ਲੈਣੇ। RPF ਦੇ ਕੇਸ ਸੀ ਸੈਂਟਰ ਨਾਲ, ਸੈਂਟਰ ਵਾਲੇ ਮੈਂ ਦੱਸਦਾ, ਇੱਕ ਤਾਂ ਤਾਰ ਪਾਰ ਲਈਆਂ ਜਿਹੜੀਆਂ ਜ਼ਮੀਨਾਂ ਉਹਨਾਂ ਦਾ ਮੁਆਵਜ਼ਾ, ਜਿਹੜੀ BSF ਦੇ ਵਿੱਚ ਲੰਘਣ ਦੀ ਕਿਸਾਨਾਂ ਨੂੰ ਆਉਂਦੀ ਆ ਦਿੱਕਤ, ਜਿਹੜੇ ਲੰਘਦੇ ਆ BSF ਅਤੇ ਲੰਘ ਰਹੇ ਆ ਉਹਨਾਂ 'ਤੇ ਜਿਹੜੀ ਦਿੱਕਤ ਆਉਂਦੀ ਆ ਉਹਦੇ 'ਤੇ, ਅਤੇ ਜਿਹੜੇ RPF ਦੇ ਕੇਸ ਆ ਇਹਨਾਂ 'ਤੇ ਉਹਨਾਂ ਕਿਹਾ ਮੈਂ ਗ੍ਰਹਿ ਮੰਤਰੀ ਨਾਲ ਹੁਣੇ ਫੋਨ 'ਤੇ ਗੱਲ ਕਰਕੇ ਇਹ ਗੱਲਾਂ ਦਾ ਨਿਪਟਾਰਾ ਕਰਾਂਗੇ, ਜਿਹੜਾ ਸੈਂਟਰ ਨਾਲ ਹੈਗਾ ਵਾ ਇਹਦੇ 'ਤੇ ਵੀ
ਸਹਿਮਤੀ ਬਣੀ ਹੈਗੀ ਆ। ਇਹਦੋਂ ਗਾਹਾਂ ਗੰਨੇ ਦਾ ਹੈਗਾ ਸੀਗਾ ਇਸ਼ੂ, ਬਕਾਏ ਬਹੁਤੇ ਰਹਿ ਨਹੀਂ ਗਏ। ਅਸਲ ਵਿੱਚ 360 ਰੁਪਈਏ 'ਤੇ ਵੱਡਾ ਰੇੜਕਾ ਵਾ, 325 ਰੁਪਈਏ ਸਰਕਾਰ ਦਿੰਦੀ ਆ, ਮਿੱਲਾਂ ਵਾਲੇ ਪਰਚੀ ਕੱਟ ਕੇ ਦਿੰਦੇ ਆ, ਅਤੇ ਉਹ 360 ਰੁਪਈਏ 'ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹਦੇ 'ਤੇ ਕੀ ਕਰ ਰਹੇ ਜੇ। ਤਾਂ ਇੱਕ ਸੀਗਾ ਵੀ ਪਰਚੀ ਕਿਸਾਨ ਲੈ ਜਾਵੇ ਜਿਹੜੀ ਪਰਚੀ ਆ, ਤਾਂ ਉਹ ਜਿਹੜੀ ਆ 35 ਰੁਪਈਏ ਪੇਮੈਂਟ ਕਰ ਦੇਣਗੇ। ਇੱਕ ਸੀਗਾ ਔਨਲਾਈਨ, ਜਿਵੇਂ ਔਨਲਾਈਨ ਪੇਮੈਂਟ ਕਰਦੀ ਆ ਮਿੱਲ ਕਿਸਾਨਾਂ ਨੂੰ, ਤੁਸੀਂ ਵੀ ਉਹ ਖਾਤੇ ਵਿੱਚ 360 ਦੇ ਹਿਸਾਬ ਨਾਲ ਪੈਸੇ ਪਾਓ, ਜਿਵੇਂ ਮਰਜ਼ੀ ਪਾਓ। ਤਾਂ ਉਹ ਕਹਿੰਦੇ ਅਸੀਂ ਪਾਵਾਂਗੇ ਜੀ, ਇਸ ਗੱਲ 'ਤੇ ਹਾਂ ਪੱਖਿਆ, ਹੁਣ ਪਹਿਲਾਂ ਵੀ ਭਰੋਸਾ ਦਿੱਤਾ ਸੀ। ਇਹ ਹੈਗਾ ਵਾ। ਦੂਸਰਾ, ਦਿੱਲੀ ਜੰਮੂ ਕਟਰਾ ਹਾਈਵੇ, ਠੀਕ ਹੈ ਜੀ, ਅਤੇ ਇੱਕ ਮਹਿਤਾ ਉਨਾ ਹਾਈਵੇ, ਜਿਹੜੀਆਂ ਹਾਈਵੇ ਵੱਡੀਆਂ ਨਿਕਲ ਰਹੀਆਂ ਨੇ, ਕੁਝ ਬਾਬਾ ਨੌਤਸੋਂ ਦੇ ਲਾਗੇ ਅੰਮ੍ਰਿਤਸਰ ਬਾਈਪਾਸ ਦਾ ਹਿੱਸਾ ਨਿਕਲ ਰਿਹਾ, ਉਹ ਸਾਰੇ ਮੁੱਦੇ ਚੱਕੇ ਆ। ਅਤੇ ਉਹਨਾਂ 'ਤੇ ਜਿਹੜਾ ਵਾ ਵੀ ਯੋਗ ਮੁਆਵਜ਼ਾ ਦੇਣ ਦੀ ਗੱਲ ਕਹੀ ਆ ਵੀ ਅਸੀਂ ਧੱਕਾ ਨਹੀਂ ਕਰਦੇ, ਮਾਰਕੀਟ ਰੇਟ ਪੂਰੇ ਦਿੱਤੇ ਜਾਣਗੇ ਕਿਸਾਨਾਂ ਨੂੰ, ਅਤੇ ਅਸੀਂ ਜਬਰੀ ਨਹੀਂ ਹੋਣ ਦਿਆਂਗੇ। ਬਾਬਾ ਨੌਤ ਸਿੰਘ ਲੰਗਰ 'ਤੇ ਜਿਹੜੀ ਸੜਕ ਦਾ ਨੰਗਣ ਦਾ, ਉਸ ਉਹ ਵੀ ਕਹਿੰਦੇ ਵੀ ਉਹ ਗੁਰਦੁਆਰਾ ਕਮੇਟੀ ਨਾਲ ਗੱਲ ਕਰੂੰਗੇ DC ਅੰਮ੍ਰਿਤਸਰ, ਅਤੇ ਉਹ ਨਹੀਂ ਧੱਕੇ ਨਾਲ ਜਿਹੜਾ ਉਹ ਕੱਢਿਆ ਜਾਊਗਾ। ਇਹ ਜਿਹੜਾ 5 ਮਰਲੇ ਦੇ ਪਲਾਂਟਾਂ ਬਾਰੇ ਫਿਰ ਨਿਰਦੇਸ਼ ਦਿੱਤੇ ਗਏ ਆ ਵੀ ਉਹ ਦਿੱਤੇ ਜਾਣ, ਬੁਢਾਪਾ ਪੈਨਸ਼ਨ ਜਿਹੜੀ ਆ ਉਹ ਲੋੜਵੰਦਾਂ ਨੂੰ ਦਿੱਤੀ ਜਾਵੇ, ਇਹ ਗੱਲ ਆਪਾਂ ਜਿਹੜੀ ਕਰਵਾਈ ਹੈਗੀ ਆ। ਤੋ ਇਹਦੇ ਨਾਲ ਨਾਲ ਜਿਹੜੇ ਆਬਾਦਕਾਰ ਕਿਸਾਨਾਂ ਦੇ ਮਾਲਕੀ ਹੱਕ ਸੀਗੇ ਵੀ 10 ਸਾਲਾਂ ਤੱਕ ਜਿਨ੍ਹਾਂ ਦਾ ਗਰਦੌਰੀਆਂ ਹੋ ਗਈਆਂ, ਮਾਲਕੀ ਹੱਕ ਦਾ ਕੰਮ ਨਹੀਂ ਸੀ ਚੱਲਿਆ, ਉਹ ਕਹਿੰਦੇ ਹੁਣੇ ਨਿਰਦੇਸ਼ ਦੇ ਕੇ SDM ਨੂੰ ਵੀ ਇਹ ਤੁਰੰਤ ਚਲਾਇਆ ਜਾਵੇ ਵੀ ਲੋਕ ਫੀਸ ਜਮ੍ਹਾਂ ਕਰਾ ਕੇ ਮਾਲਕੀ ਹੱਕ ਲੈ ਲੈਣ। ਇਹਦੇ 'ਚ ਫੀਸ ਘੱਟ ਕਰਨ ਵਾਲੀ ਗੱਲ ਅਜੇ ਪ੍ਰਵਾਨ ਨਹੀਂ ਕੀਤੀ ਗਈ, ਜੋ ਸਾਡੇ ਸਾਹਮਣੇ ਹੈਗਾ ਵਾ। ਆ ਨੌਜਵਾਨ ਵੀ ਬਰਜਗਾਰ ਸੀਗੇ, ਅਸੀਂ ਕਿਹਾ ਵੀ ਤੁਹਾਡੀ ਜਿਵੇਂ ਪੁਲਿਸ ਕੁੱਟ ਰਹੀ ਆ, ਉਹ DSP 'ਤੇ ਕਾਰਵਾਈ ਕਰਨ ਦੀ ਵੀ ਅਸੀਂ ਮੰਗ ਕਹੀ ਆ, ਤਾਂ ਉਹਨਾਂ 36,000 ਜਿਹੜੀਆਂ ਨੌਕਰੀਆਂ ਦੇਣ ਸੀ ਉਹ ਫਾਈਲ ਦਾ ਹੁਣ ਬਹਾਨਾ ਲਾਇਆ, ਪਤਾ ਨਹੀਂ ਕੀ ਆ ਕੀ ਉਹ ਗਵਰਨਰ ਕੋਲ ਫਸੀ ਹੋਈ ਆ। ਅਸੀਂ ਕਹਿੰਦੇ ਜਲਦੀ ਤੋਂ ਜਲਦੀ ਕਰ ਰਹੇ ਹਾਂ, ਇਹਦੇ 'ਤੇ ਅਜੇ ਸੰਘਰਸ਼ ਕਰਨਾ ਬਾਕੀ ਹੈਗਾ ਵਾ। ਜਿਹੜੀ ਪੂਰਨ ਨਸ਼ਾਬੰਦੀ, ਅਸੀਂ ਕਿਹਾ ਵੀ ਤੁਹਾਡੇ ਥੱਲੇ ਪੂਰਾ ਨਸ਼ਾ ਵਿਕ ਰਿਹਾ ਹੈਗਾ, ਪੂਰੀ ਤਰ੍ਹਾਂ ਨਸ਼ਾ ਵਿਕ ਰਿਹਾ ਹੈਗਾ, ਇੱਥੇ ਕੋਈ ਕੰਟਰੋਲ ਨਹੀਂ ਹੈਗਾ, ਉਹ ਮੰਨੇ ਵੀ ਆ। ਆਂਦੇ SSP ਦੀ ਮੀਟਿੰਗ ਸੱਦ ਲਓ, ਅਸੀਂ ਇਹਨੂੰ ਨਸ਼ੇ 'ਤੇ ਪੂਰੇ ਨਿਰਦੇਸ਼ ਦੇਈਏ ਵੀ ਬੰਦ ਕਰਾਇਆ ਜਾਏ। ਇੱਕ ਤਾਂ ਇਹ, ਇੱਕ ਸੀਗਾ ਵੀ ਜੋ ਨਸ਼ਾ ਫੜਿਆ ਜਾਂਦਾ ਵਾ ਅਤੇ ਮੀਡੀਆ 'ਚ ਆਉਂਦਾ ਵੀ ਅੰਤਰਰਾਸ਼ਟਰੀ ਮੰਡੀ 'ਚ ਇੰਨੀ ਕੀਮਤ ਆ, ਜਾਂ ਪੁਲਿਸ ਅਫਸਰ ਜਿਹੜੇ ਉਹਦੀ ਕੀਮਤ ਦੱਸਦੇ ਆ, ਸਗੋਂ ਇਹ ਦੱਸਿਆ ਜਾਵੇ ਵੀ ਇੰਨਾ ਨਸ਼ਾ ਫੜਿਆ ਗਿਆ, ਇਹਦੇ ਨਾਲ ਇੰਨੀਆਂ ਜ਼ਿੰਦਗੀਆਂ ਬਰਬਾਦ ਹੋਣੀਆਂ ਵਾ। ਇਹ ਗੱਲ 'ਤੇ ਅਸੀਂ ਉਹਨਾਂ ਕਿਹਾ ਵੀ ਨਿਰਦੇਸ਼ ਦਿੱਤੇ ਆ ਵੀ ਇਹ ਗਾਂ ਤੋਂ ਐਂ ਹੀ ਹੋਇਆ ਜਾਵੇ, ਠੀਕ ਆ ਜੀ। ਕੰਡਿਆਲੀ ਤਾਰ, ਜਿਹੜੇ ਜੰਗਲਾਤ ਰਹਿ ਗਏ ਨੇ ਕੋਈ ਰੱਖਾਂ, ਉਹਨਾਂ 'ਤੇ ਕੰਡਿਆਲੀ ਤਾਰ ਰਹਿਣ ਦੀ ਗੱਲ ਆ। ਅਵਾਰਾ ਪਸ਼ੂਆਂ, ਅਵਾਰਾ ਕੁੱਤਿਆਂ ਦੀ ਗੱਲ 'ਤੇ ਵੀ ਇਹਨਾਂ 'ਤੇ ਜਿਹੜਾ ਕਾਰਵਾਈ ਕੀਤੀ ਜਾਊਗੀ। ਸੋ ਜਿਹੜੇ ਵੱਡੇ ਬਰੋਡਡ ਮਸਲੇ ਆ ਕਿਸਾਨਾਂ ਮਜ਼ਦੂਰਾਂ ਦਾ, ਕਰਜ਼ਾ ਸਾਰਾ ਕਰਜ਼ਾ ਵਾ, ਰੁਜ਼ਗਾਰ ਦਾ ਸਵਾਲ, ਇਹਦੇ 'ਤੇ ਸੰਘਰਸ਼ ਕਰਨਾ ਭਰਾਓ ਬਾਕੀ ਆ। ਹਾਂ, ਅਸੀਂ ਕਿਹਾ ਵੀ ਜੇ ਤੁਸੀਂ ਨਹੀਂ ਗੱਲ ਮੰਨਦੇ ਤਾਂ ਕਿਵੇਂ ਭਰੋਸਾ ਕਰੀਏ। ਅਤੇ ਫਿਰ ਉਹਨਾਂ ਨੇ 4 ਤਰੀਕ ਦੀ, ਜਿਹੜੀ 4 ਤਰੀਕ ਆ, 4 ਜਨਵਰੀ ਨੂੰ ਦੁਬਾਰਾ ਮੁੱਖ ਮੰਤਰੀ ਨਾਲ ਦੁਬਾਰਾ ਮੀਟਿੰਗ ਹੋਣੀ ਹੈ, ਸਾਡੀ ਦੁਬਾਰਾ ਮੀਟਿੰਗ ਹੋਊਗੀ। ਜੇ ਮੰਗਾਂ ਲਾਗੂ ਕਰ ਦੇਣਗੇ ਭਲਾ, ਨਹੀਂ ਤਾਂ ਅਗਲਾ ਸੰਘਰਸ਼ ਜਿਹੜਾ ਉਹਦੇ ਲਈ ਸੂਬਾ ਕਮੇਟੀ ਨੇ 31 ਦਸੰਬਰ ਨੂੰ ਮੀਟਿੰਗ ਸੱਦੀ ਆ, ਉਹ 'ਚ ਕੀ ਫੈਸਲਾ ਲੈਂਦੀ ਸੂਬਾ ਕਮੇਟੀ ਉਹ ਦੱਸਾਂਗੇ। ਤਾਂ ਜਿਹੜਾ ਰੇਲ ਰੋਕੋ ਚੱਲਣ ਡਿਆ ਸੀਗਾ, ਜਾਣੀ ਜੇ ਰੇਲਾਂ 9 ਦਿਨ ਰੁਕਣ ਨਾਲ ਸਾਡਾ ਲੋਕਾਂ ਨੂੰ ਤੰਗ ਕਰਨ ਦੀ ਕੋਈ ਨਹੀਂ ਸੀ, ਅਸੀਂ ਤਾਂ ਆਪ ਤੰਗ ਹੋਏ ਪਏ ਹਾਂ। ਜਿਹੜਾ ਵਾ ਉਹ ਰੇਲਾਂ 'ਤੇ ਕੜਾਕੇ ਦੀ ਠੰਡ ਵਿੱਚ ਬੈਠੇ ਆ, ਰਤਨ ਸਿੰਘ ਜੀ ਲਾਦੂ ਭਾਣਾ ਸਾਡਾ ਸ਼ਹੀਦ ਹੋਇਆ ਕਿਸਾਨ ਟਾਂਡੇ ਦੇ ਵਿੱਚ, ਤਾਂ ਜਿਹੜੀਆਂ ਲੋਕਾਂ ਨੂੰ ਖੱਜਲ ਖਰਾਬੀਆਂ ਹੋਈਆਂ, ਯਾਤਰੂਆਂ ਨੂੰ ਹੋਈਆਂ, ਵਪਾਰ ਦਾ ਕੁਛ ਹੋਇਆ, ਜੇ ਸਾਡੇ ਇਸ ਅੰਦੋਲਨ ਨਾਲ ਕਿਸੇ ਭਰਾਵਾਂ ਦਾ ਦਿਲ ਦੁਖਿਆ ਹੋਇਆ, ਉਹਦੇ ਲਈ ਅਸੀਂ ਮਾਫ਼ੀ ਮੰਗਦੇ ਉਹਨਾਂ ਕੋਲ। ਇਹ ਸਰਕਾਰ ਦੀ ਅਨਹਿਲਗੀ ਕਰਕੇ ਅੰਦੋਲਨ ਚੱਲਿਆ ਗਿਆ, ਹੁਣ ਫਿਰ ਤੁਹਾਨੂੰ ਦੱਸਣਾ ਚਾਹਾਂਗੇ। ਉਹ ਕਹਿੰਦੇ ਮਸਲਿਆਂ ਦਾ ਹੱਲ ਕਰ ਦਾਂਗੇ, ਜੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਅਗਲਾ ਐਲਾਨ ਕਰਾਂਗੇ। ਸੋ ਅੱਜ ਰੇਲ ਰੋਕੋ ਅੰਦੋਲਨ 4 ਵਜੇ ਸ਼ਾਮਾਂ ਨੂੰ ਪੋਸਟਪੋਨ ਕਰ ਦਿਆਂਗੇ, ਅਤੇ ਵੇਟ ਕਰਾਂਗੇ ਸਰਕਾਰ ਨੇ ਵੀ ਇੱਕ ਹਫ਼ਤੇ ਦਾ ਵੀ ਸਾਡੇ ਕੋਲ ਸਮਾਂ ਲਿਆ, ਉਹ ਹਫ਼ਤੇ 'ਚ ਕੀ ਕਰਦੀ ਆ ਅਤੇ ਕੀ ਨਹੀਂ ਕਰਦੀ। ਤੋ ਜਿਹੜੀਆਂ ਅੱਜ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਆ, ਉਹਦੀ ਟੋਟਲ ਜਾਣਕਾਰੀ ਮੈਂ ਤੁਹਾਨੂੰ ਦੇਣੀ ਸੀ ਵੀ ਇਹ ਕੁਝ ਮੀਟਿੰਗ ਦੇ ਵਿੱਚ ਹੋਇਆ ਵਾ। ਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਤੋ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।